रंगली तहत पंजाबियों की सांझा ग्रुप फतेहगढ़ साहिब की पलेठी सफल पेशकश धियां दी लोहड़ी। फतेहगढ़ साहिब के पिंड अब्दुल्लापुर में रंगली धरती पंजाबियों की वलों पहले प्रोग्राम तिया की लोहड़ी में भरवा हुंगारा मिलन समय उदों चार चंद लग गए जदों हलका बसी पठाणा के विधायक सरदार गुरप्रीत सिंह जी पी और ऑब्जर्वर सरदार कुलवंत सिंह सिद्धू विशेष मेहमान वजों उपस्थित हुए। तिया की लोहड़ी मौके विधायक रंगली धरती पंजाबियों की ग्रुप के प्रधान इंद्रजीत सिंह पन्नू ने मुबारकबाद दी तो कहा कि ठाठा मारदा इकट्ठ इस गल को स्पष्ट करता है। इंद्रजीत दी मेहनत कारण ही युद्ध का इन्ना वड्डा समर्थन उन्होंने मिल रहा है। इस मौके रंगारंग प्रोग्राम लगातार जारी रहा जिस विच गायकों तो इलावा छोटे बच्चों ते कुड़ियों ने लोहड़ी दे गीत ते गिद्धा पेश किया। प्रोग्राम के तहत चाह ते पकौड़ियों का लंगर अतुट चलता रहा। अंत में सारे पतवंते सज्जनों नूं सिरोपे ते यादगारी चिन्ह दे के सन्मानित किया गया जबकि मुख मेहमानों किरपाना भी भेंट की गई। इस मौके पहुंचे मेहमाना ने जिथे अपने विचार पेश किए उत्थे प्रधान इंद्रजीत सिंह पन्नू के इस उपराले की शलाघा भी की। होर नौजवानों नू अजिहे सभ्याचारक प्रोग्राम करवाउण लई प्रेरित भी किया। इस मौके वख वख नौजवान संस्थावां ने भी इस उपराले लई प्रधान इंद्रजीत सिंह पन्नू नू वधाइयां दित्तियां। आओ सुणदे हां ਇੱਥੇ ਪਹੁੰਚੀਆਂ ਸ਼ਖਸੀਅਤਾਂ ਦੇ ਵਿਚਾਰ ਅਤੇ ਵੇਖਦੇ ਹਾਂ ਧੀਆਂ ਦੀ ਲੋਹੜੀ ਦੇ ਕੁਝ ਵਿਸ਼ੇਸ਼ ਅੰਸ਼। ਨਿਊਜ਼ ਇੰਡੀਆ ਟਾਈਮ ਲਈ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਰ ਨਾਗਪਾਲ ਦੀ ਵਿਸ਼ੇਸ਼ ਰਿਪੋਰਟ। ਪਹਿਲਾਂ ਆਪਣੇ ਭਰਾ ਇੰਦਰਜੀਤ ਸਿੰਘ ਪੰਨੂ ਨੂੰ ਮੁਬਾਰਕਬਾਦ ਦਊਂਗਾ ਕਿਉਂਕਿ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਅਤੇ ਬਹੁਤ ਵਧੀਆ ਇਹਨੇ ਇਕੱਠ ਕੀਤਾ ਅਤੇ ਇੰਨੀ ਤਿਆਰੀ ਕੀਤੀ ਹੈ ਜਿਵੇਂ ਵਿਆਹ ਵਾਂਗੂ ਤਿਆਰੀ ਕੀਤੀ ਹੈ ਅਤੇ ਬਹੁਤ ਉੱਦਮੀ ਸਾਡਾ ਲੜਕਾ ਮੇਰਾ ਭਰਾ ਹੀ ਹੈ ਛੋਟਾ ਕਿਉਂਕਿ ਸਹੀ ਮਹੀਨੇ 'ਚ ਅੱਜ ਧੀਆਂ ਦੀ ਲੋਹੜੀ ਜੋ ਮਨਾ ਰਹੇ ਨੇ ਇਹ ਬਹੁਤ ਵਧੀਆ ਕਦਮ ਇਹਨਾਂ ਦਾ। ਮੈਂ ਵੀ ਇੱਥੇ ਆ ਗਈ ਹਾਂ ਸਾਡੇ ਕੁਲਵੰਤ ਸਿੱਧੂ ਜੀ ਜਿਹੜੇ ਇੰਚਾਰਜ ਨੇ ਉਹ ਵੀ ਇੱਥੇ ਪਹੁੰਚੇ ਨੇ ਕਿਉਂਕਿ ਸਹੀ ਮਹੀਨਿਆਂ 'ਚ ਅੱਜ ਠੰਡ ਹੋਣ ਕਰਕੇ ਪ੍ਰੋਗਰਾਮ ਲੇਟ ਸ਼ੁਰੂ ਹੋਇਆ ਅਤੇ ਮੈਨੂੰ ਲੱਗਦਾ 1:30 ਵਜੇ ਤੋਂ ਸਾਰਾ ਇਹ ਪੂਰਾ ਪਨਾਲ ਭਰ ਜੂਗਾ ਅਤੇ ਪੂਰਾ ਕਾਮਯਾਬ ਹੋ ਜੂਗਾ। ਮੈਂ ਲਾਸਟ ਇੰਦਰਜੀਤ ਸਿੰਘ ਮੁਬਾਰਕ ਦਿੰਦਾ ਪਰਮਾਤਮਾ ਇਹਨੂੰ ਤਾਕਤ ਬਖਸ਼ੇ ਤਾਂ ਕਿ ਇੱਦਾਂ ਦੇ ਜਿਹੜੇ ਪ੍ਰੋਗਰਾਮ ਕਰਵਾਏ ਧੀਆਂ ਦੀ ਲੋਹੜੀ ਹਰ ਸਾਲ ਮਨਾਵੇ ਤਾਂ ਕਿ ਜਿਹੜੀਆਂ ਸਾਡੀਆਂ ਧੀਆਂ ਨੂੰ ਵੀ ਮਾਣ ਹੋਵੇ ਪੰਜਾਬ ਜਨਮ ਦਾ ਕਿਉਂਕਿ ਅੱਜ ਜਿਹੜੀਆਂ ਸਾਡੀਆਂ ਧੀਆਂ ਨੇ ਕਿਸੇ ਤੋਂ ਘੱਟ ਨਹੀਂ ਗੀਆਂ। ਸਾਡੇ ਡਿਪਟੀ ਕਮਿਸ਼ਨਰ ਵੀ ਜਿਹੜੀ ਹੈਗੀ ਹੈ ਉਹ ਵੀ ਇੱਥੇ ਉਹ ਵੀ ਲੇਡੀ ਹੈ ਅਤੇ ਜਿਹੜੀ SSP ਹੈ ਉਹ ਵੀ ਸਾਡੀ ਭੈਣੀ ਹੈ ਕਿਉਂਕਿ ਸਹੀ ਮਹੀਨਿਆਂ 'ਚ ਜੇ ਆਪਾਂ ਅੱਜ ਧੀਆਂ ਦੀ ਲੋਹੜੀ ਮਨਾਵਾਂਗੇ ਉਹਨੂੰ ਉਹਨਾਂ ਦਾ ਜਿਹੜਾ ਮਨੋਬਲ ਉਹ ਬਹੁਤ ਉੱਚਾ ਹੁੰਦਾ। ਮੈਂ ਇੰਦਰਜੀਤ ਤੋਂ ਮੁਬਾਰਕਬਾਦ ਦਿੰਦਾ ਪਰਮਾਤਮਾ ਅੱਗੇ ਇਹੀ ਇਹ ਕਹਿੰਦਾ ਵੀ ਆਉਣ ਵਾਲੇ ਟਾਈਮ 'ਚ ਵੀ ਇੱਦਾਂ ਦੇ ਪ੍ਰੋਗਰਾਮ ਕਰੇ ਤਾਂ ਕਿ ਸਾਡੀਆਂ ਜਿਹੜੀਆਂ ਧੀਆਂ ਹੋਰ ਉਤਸ਼ਾਹਿਤ ਹੋਣ। ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ। ਮੈਂ ਨਰੇਸ਼ ਵੈਦ ਇਲਾਹਾਬਾਦ ਵਿੰਗ ਕੋਲੇ ਯੂਨੀਅਨ ਨੌਰਥ ਜ਼ੋਨ ਦਾ ਪ੍ਰੈਜ਼ੀਡੈਂਟ ਹਾਂ ਅਤੇ ਅੱਜ ਅਬਦੁੱਲਾਪੁਰ ਪਿੰਡ 'ਚ ਸਪੈਸ਼ਲ ਤੌਰ 'ਤੇ ਰੰਗਲੀ ਧਰਤ ਪੰਜਾਬ ਦੀ ਗਰੁੱਪ ਦੇ ਪ੍ਰਧਾਨ ਇੰਦਰਜੀਤ ਸਿੰਘ ਵੱਲੋਂ ਲੜਕੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਧੀਆਂ ਦੀ ਲੋਹੜੀ ਦਾ ਤਿਉਹਾਰ ਜੋ ਕੋਈ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਅੱਜ ਸਮਾਜ 'ਚ ਸਾਡੀਆਂ ਧੀਆਂ ਭੈਣਾਂ ਮਾਤਾਵਾਂ ਬਹੁਤ ਹੀ ਅੱਗੇ ਵੱਧ ਚੜ ਕੇ ਹਰੇਕ ਕੰਮ 'ਚ ਹਿੱਸਾ ਲੈ ਰਹੀਆਂ ਨੇ ਅਤੇ ਸਾਡੀ ਕਾਮਨਾ ਹੈ ਵੀ ਹਰ ਸਾਲ ਇੱਦਾਂ ਹੀ ਧੀਆਂ ਦੀ ਲੋਹੜੀ ਇਹ ਕਲੱਬ ਮਨਾਉਂਦਾ ਰਹੇ ਅਤੇ ਮੈਂ ਵਧਾਈ ਦਿੰਦਾ ਇਸ ਪ੍ਰਧਾਨ ਦੇ ਕਲੱਬ ਨੂੰ ਅਤੇ ਪੂਰੀ ਟੀਮ ਨੂੰ। ਬਹੁਤ ਅੱਛਾ ਪ੍ਰੋਗਰਾਮ ਹੈ ਔਰ ਇੱਕ ਸਮਾਜ 'ਚ ਅੱਛਾ ਮੈਸੇਜ ਇਸ ਪ੍ਰੋਗਰਾਮ ਦਾ ਜਾ ਰਿਹਾ। ਬਹੁਤ ਬਹੁਤ ਧੰਨਵਾਦ। ਮੈਂ ਕੁਲਵੰਤ ਸਿੰਘ ਸਿੱਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਅਬਜ਼ਰਵਰ ਹਲਕਾ ਬਸੀ ਪਠਾਣਾ। ਮੈਂ ਅੱਜ ਅਬਦੁੱਲਾਪੁਰ ਵਿਖੇ ਮੇਰੇ ਛੋਟੇ ਵੀਰ ਇੰਦਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਅੱਜ ਧੀਆਂ ਦੀ ਲੋਹੜੀ ਮੇਲਾ ਕਰਾਇਆ ਗਿਆ। ਉਸ ਵਿੱਚ ਸ਼ਾਮਿਲ ਹੋ ਕੇ
अत्यंत खुशी महसूस करदा कि इन्हां दे इस उपराले दी शलाघा करदा कि तियां दी लोहड़ी है जिहड़ी सारे लोगों नूं मनाउणी चाहीदी है। ती जम्मण ते खुशी मनाउणी चाहीदी है। जिस तरह मुंडा होण ते मिठाइयां बंडी जांदियां, इस दीआं तियां होण ते भी जिहड़ियां मिठाइयां बंड के खुशी सांझी करनी चाहीदी। उन्हां दे पिता सरदार मोहन सिंह जी दा, उन्हां दी भैण दा, समूह ग्राम बंजिया दा धन्नवाद करदा जिन्हां ने एडा वड्डा उपराला कीता ते दास नूं तुहाडे रूबरू होण दा मौका दित्ता। ते इस दी मैं बहुत मुबारकबाद भी पेश करदा। वाहिगुरू जी का खालसा, वाहिगुरू जी की फतेह। सिंह पन्नू साबका सरपंच पिंड अब्दुल्लापुर तहसील बस्सी पठाना जिला फतेहगढ़ साहब का रहने वाला हाँ। असी जो अज धियां दी लोहड़ी ये त्यौहार मनाया, ये असी एक क्लब ग्रुप अलाउंस किया रंगली धरत पंजाबियों की सांझा ग्रुप। ये असी महसूस करते हैं भाई जड़िया धियां ने यह समाज के सब तो वड्डी इन्हां दी देण हुंदी आ, क्योंकि सारा समाज ही धियां दे नाल चलदा। ये माँ भी है, ये धी भी है, ये दादी भी है, मासी फुफी जो भी भूआ मामी नानी ये धियां दे विचों ही ये सारियां मतलब जो है एक बन के निकलदियां। मैं अपने समाज का अते धियां का जो देखिया असी माण महसूस करते हैं भी ये पढ़िया लिखिया समाज के बड़ियां पलंगां पुटदियां ने। जिमें कि साढ़े फतेहगढ़ साहब के डीसी मैडम गिल जी SSV साहब वो भी साढ़े मैडम ने, ते होर भी बहुत साढ़े पिंड की मौजूदा सरपंच परमजीत कौर वो भी एक लेडी ने, उन्होंने नाल विपनप्रीत कौर संदीप कौर वो भी लेडी पंच ने। मैं समझदा भी इन्हों जो समाज के रुतबा मिलिया ये पढ़ाई दे बेस ते इन्हां दी समझदारी ते जो अपनियां समाजिक अते घरेलू जिम्मेवारियां नूं निभाउंदियां ने, मैं समझदा भी इन्हां दा असीं देण नहीं दे सकदे। अते जो इत्थे साडे नौजवान यूथ अते साडे सारे ही पंचायत मैंबर ते होर भी अहुदेदार जो भी इत्थे आए ने, बहुत पतवंत सज्जन साडे बाहरों भी आए, असीं इन्हां दा विशेष तौर पर धन्नवाद करते हैं। अते विशेष तौर पर धन्नवाद करते हैं चन्न परदेसी जो साडा चैनल है वो बहुत ही शलाघाजोग चैनल है। असी हर व्यक्ति नूं मैं अपील करूँगा भी इन्हां नूं इस चैनल नूं ज़्यादा लाइक करो, सब्सक्राइब जो मैनूं हाँ जी चलो लाइक करो। असी इन्हां दे नाल रूबरू हो अते इन्हां नूं अपने विचार दसो तां जो साडियां ये जो आवाज़ है ये समाज दे विच ये पहुँचाउंदे रहन। ते असी इन्हां दा इत्थे आने का बहुत धन्नवाद करते हैं जी। आयां नूं कहिंदे आ वाहगुरू जी का खालसा श्री वाहगुरू जी। सब तो पहला तो मैं गुरु नानक पातशाह वालों बख्शी हुई फतेह की सांझ पाउनी हाँ। वाहगुरू जी का खालसा, वाहगुरू जी की फतेह। अज बहुत ही खुशियां भरिया दिहाड़ा है रंगली धरत पंजाब यूथ क्लब वालों जो अज धियां की लोहड़ी का विशेष तौर पर फंक्शन रखाया गया है। बहुत ही शलाघा जो कदम इन्हां वीरां ने अज चुक्या। तो असी महसूस करते हैं कि एक पिंड दे विच पार्टी बाजी तो उत्ते उठ के इन्होंने बहुत ही वधिया उपराला किया। तो धियां विशेष तौर पर जो धियां का इन्होंने लोहड़ी का महत्वपूर्ण अज त्यौहार मनाया इन्हां दी मैं बहुत ही ज़्यादा शलाघा करती हाँ। अते अग्गे उम्मीद करती हाँ कि ये वीर जो उपराला कर रहे हैं रंगली धरत पंजाब दे यूथ क्लब एक इन्होंने संस्था वालों एक क्लब यूथ बनाया भी वह बहुत ही अगे जाके पुलांगा पुटणगे ते मान सम्मान वाला ये अगे होके उपराला करनगे। सो मैं सब तो पहला तो पंचायत का बहुत ज़्यादा मैं महत्वपूर्ण योगदान इस प्रोग्राम दे विच महसूस करती हाँ समझती हाँ भी जो इत्थे उपराला होया एक पंचायत नगर पंचायत वालों संजोग
ਦੇ ਨਾਲ ਬਹੁਤ ਵੱਡਾ ਇਹਨਾਂ ਵੀਰਾਂ ਨੂੰ ਸਹਿਯੋਗ ਮਿਲਿਆ ਤੇ ਇਹਨਾਂ ਨੇ ਰਲ ਮਿਲ ਕੇ ਜੋ ਇਹ ਕੰਮ ਕੀਤਾ ਇੱਕ ਬਹੁਤ ਹੀ ਸ਼ਲਾਘਾਯੋਗ ਹੈ ਤੇ ਮੈਂ ਸਾਰੇ ਵੀਰਾਂ ਨੂੰ ਹਲਕੇ ਵਾਈਜ਼ ਜ਼ਿਲ੍ਹੇ ਵਾਈਜ਼ ਇਹ ਬੇਨਤੀ ਕਰਦੀ ਹਾਂ ਕਿ ਹਰ ਪਿੰਡ ਦੇ ਵਿੱਚ ਇੱਦਾਂ ਦੇ ਸਮਾਗਮ ਰੱਖੇ ਜਾਣ ਤਾਂ ਜੋ ਧੀਆਂ ਦੀ ਅੱਗੇ ਜਾ ਕੇ ਜੋ ਅਹਿਮੀਅਤ ਹੈ ਉਹ ਵੀ ਸਾਰਿਆਂ ਨੂੰ ਪਤਾ ਲੱਗੇ ਕਿ ਧੀਆਂ ਦਾ ਇੱਕ ਮਾਣ ਮੱਤਾ ਜੋ ਮਾਣ ਵਧਾਇਆ ਜਾਂਦਾ ਉਸ ਕਰਕੇ ਧੀਆਂ ਅੱਗੇ ਜਾ ਕੇ ਬਹੁਤ ਹੀ ਜ਼ਿਆਦਾ ਦਲੇਰੀ ਦੇ ਨਾਲ ਪਲਾਂਘਾ ਪੁੱਟਦੀਆਂ ਨੇ ਹਰ ਇੱਕ ਖੇਤਰ ਦੇ ਵਿੱਚ ਵੀ ਇਸ ਕਰਕੇ ਵੀ ਮਾਣ ਸਨਮਾਨ ਜੋ ਧੀਆਂ ਦਾ ਇੱਕ ਦਾਨ ਪੁੰਨ ਦੇ ਤਿਉਹਾਰ 'ਤੇ ਅਸੀਂ ਕਰ ਕੀਤਾ ਉਹ ਬਹੁਤ ਹੀ ਵਿਸ਼ੇਸ਼ ਰੱਖਦਾ ਅਤੇ ਮੈਂ ਇਹਨਾਂ ਵੀਰਾਂ ਨੂੰ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਇਹ ਵੀਰ ਅੱਗੇ ਜਾ ਕੇ ਇਸੇ ਤਰ੍ਹਾਂ ਦੇ ਮਾਣ ਸਨਮਾਨ ਭਰੇ ਕਾਰਜ ਕਰਦੇ ਰਹਿਣ ਅਤੇ ਵਾਹਿਗੁਰੂ ਇਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਰੱਖੇ ਅਤੇ ਗੁਰੂ ਫਤਿਹ ਦੀ ਸਾਂਝ ਦੁਬਾਰਾ ਪਾਉਂਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਦਰਜੀਤ ਸਿੰਘ ਪ੍ਰਧਾਨ ਰੰਗਲੀ ਧਰਤ ਪੰਜਾਬੀਆਂ ਦੀ ਸਾਂਝਾ ਗਰੁੱਪ ਵੱਲੋਂ ਜੋ ਕਿ ਅੱਜ ਧੀਆਂ ਦੀ ਲੋਹੜੀ ਮਨਾਈ ਗਈ ਹੈ ਉਹਨਾਂ ਵਿੱਚ ਜਿਹੜੇ ਵੀ ਸੱਜਣ ਵੀਰ ਭੈਣ ਭਾਈ ਬਜ਼ੁਰਗ ਮੇਰੇ ਇਲਾਕੇ ਦੇ ਦੋਸਤ ਅਤੇ ਪਿੰਡ ਦੀ ਪੰਚਾਇਤ ਅਤੇ ਮੇਰੇ ਗਰੁੱਪ ਦੇ ਮੈਂਬਰ ਸਾਹਿਬਾਨ ਇੱਥੇ ਪੁੱਜੇ ਨੇ ਅਤੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੀ ਕੋਸ਼ਿਸ਼ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਧੀਆਂ ਨੂੰ ਪ੍ਰਮੋਟ ਕਰਾਂਗੇ ਕੁੜੀਆਂ ਦੇ ਹੱਕਾਂ ਨੂੰ ਜਾਗਰੂਕ ਕਰਾਂਗੇ ਲੋੜਵੰਦਾਂ ਦੀ ਮਦਦ ਕਰਾਂਗੇ ਜੀ ਜਿੱਦਾਂ ਵੀ ਕੋਈ ਧੀਆਂ ਦੇ ਵਿਆਹਾਂ ਦੇ ਵਿੱਚ ਜਾਂ ਕੋਈ ਧੀ ਨੂੰ ਸਹੁਰਿਆਂ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਹੈ ਗਰੀਬ ਵਰਗ ਦੀ ਮਦਦ ਕਰਾਂਗੇ ਜੀ ਕੋਸ਼ਿਸ਼ ਇਹੀ ਰਹੂਗੀ ਵੱਧ ਤੋਂ ਵੱਧ ਅਸੀਂ ਆਪਣੀ ਧੀਆਂ ਨੂੰ ਸਮਾਜ ਦੇ ਅੱਗੇ ਅੱਗੇ ਤੋਂ ਅੱਗੇ ਮੂਹਰੇ ਲੈ ਕੇ ਆਈਏ ਮੈਂ ਇੱਥੇ ਆਉਣ 'ਤੇ ਸਾਰਿਆਂ ਦਾ ਫਿਰ ਦੁਬਾਰਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਜੀਤ ਜੀ ਮੈਂ ਇੱਕ ਛੋਟਾ ਜਿਹਾ ਸਵਾਲ ਕਰਨ ਜਾ ਰਿਹਾ ਸਾਡੇ ਦਰਸ਼ਕਾਂ ਵਾਸਤੇ ਜੋ ਤੁਹਾਨੂੰ ਲਾਈਵ ਦੇਖ ਰਹੇ ਨੇ ਕਿ ਇਹ ਜੋ ਪ੍ਰੋਗਰਾਮ ਹੈ ਤੁਹਾਡਾ ਸ਼ਾਇਦ ਅੱਜ ਪਹਿਲਾ ਪ੍ਰੋਗਰਾਮ ਕੀਤਾ ਗਿਆ ਸੰਸਥਾ 'ਚ ਪਹਿਲੇ ਦਿਨ ਬਣਾਈ ਗਈ ਹੈ ਜੀ ਹਾਂ ਅੱਜ ਰੰਗਲੀ ਧਰਤ ਪੰਜਾਬੀਆਂ ਦੀ ਸਾਂਝਾ ਗਰੁੱਪ ਦਾ ਅੱਜ ਜਨਮ ਹੋਇਆ ਜੀ ਅਤੇ ਇਹ ਅੱਜ ਸਾਡੇ ਗਰੁੱਪ ਵੱਲੋਂ ਪਹਿਲਾ ਪ੍ਰੋਗਰਾਮ ਹੈ ਜੀ ਜਿਹੜਾ ਕਿ ਸਾਰੇ ਇਲਾਕੇ ਨੇ ਸਾਰੇ ਸਾਡੇ ਵੀਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਮੈਂ ਬਹੁਤ ਧੰਨਵਾਦੀ ਜੀ ਸੰਸਥਾ ਵੱਲੋਂ ਹੋਰ ਕੀ ਪ੍ਰੋਗਰਾਮ ਕੀਤੇ ਜਾਣਗੇ ਉਡੀਕੇ ਜਾਣਗੇ ਜਿਨ੍ਹਾਂ ਦੀ ਅਸੀਂ ਸਮਝਦੇ ਹਾਂ ਕਿ ਅਸੀਂ ਇਹਨਾਂ ਨੂੰ ਕਰਨਾ ਚਾਹਾਂਗੇ ਦੇਖੋ ਜੀ ਅੱਜ ਤਾਂ ਪਹਿਲਾ ਦਿਨ ਆ ਗਾਹਾਂ ਤੋਂ ਅਸੀਂ ਉਮੀਦ ਰੱਖਦੇ ਹਾਂ ਵੀ ਅਸੀਂ ਬਹੁਤ ਬੁਲੰਦੀਆਂ ਤੱਕ ਜਾਵਾਂਗੇ ਅਤੇ ਵੱਧ ਤੋਂ ਵੱਧ ਸਮਾਜ ਸੇਵਾ ਕਰਾਂਗੇ ਜਿੱਦਾਂ ਦੇ ਵੀ ਮੇਨ ਸਾਡਾ ਮੁੱਦਾ ਇਹ ਹੈਗਾ ਵੀ ਧੀਆਂ ਦੀ ਆਪਾਂ ਨੇ ਜੋ ਵੀ ਇਹਨਾਂ ਨੂੰ ਰੋਕਥਾਮ ਲੱਗੀ ਹੋਈ ਆ ਜਾਂ ਵੀ ਇਹਨਾਂ ਨੂੰ ਜੋ ਵੀ ਇਹਨਾਂ ਦੇ ਲੋੜਵੰਦ ਬੱਚੇ ਆ ਜਿਵੇਂ ਵੀ ਹੈਗਾ ਗਰੀਬ ਲੜਕੀਆਂ ਦੇ ਵਿਆਹ ਪੜ੍ਹਾਈਆਂ ਵਾਸਤੇ ਜੋ ਵੀ ਕਰਾਂਗੇ ਅਤੇ ਅੱਗੇ ਹੋਰ ਵੱਧ ਤੋਂ ਵੱਧ ਅਸੀਂ ਸੇਵਾ ਕਰਾਂਗੇ ਜੀ ਧੰਨਵਾਦ